ਇਹ ਫੈਂਟਾਨੇਲ ਦਾ ਟੀਕਾ ਲਾਉਂਦੇ ਹਾਥੀਆਂ ਨੂੰ ਬੇਹੋਸ਼ ਕਰਨ ਵਾਸਤੇ ਜਿਹੜਾ ਕਹਿੰਦਾ ਅੱਧਾ ਟੀਕਾ ਅੰਦਰ ਅੱਧਾ ਬਾਹਰ ਬੰਦਾ ਉੱਥੇ ਮਰ ਜਾਂਦਾ ਢੇਰ ਹੋ ਜਾਂਦਾ ਉਹ ਫੈਂਟਾਨੇਲ ਹੈਗਾ ਪੰਜਾਬ ਕੌਣ ਲੈ ਕੇ ਆਇਆ ਕਦੋਂ ਆਏ ਨੇ ਜੇ ਪੁਲਿਸ ਚਾਵੇ ਤਾਂ ਪਤਾ ਨਹੀਂ ਲੱਜ ਸਕਦਾ ਕਿਵੇਂ ਜਦੋਂ ਪੰਜਾਬ ਬੀਲੂ ਸਟਾਰ ਕੀਤਾ ਸੀਗਾ ਪੰਜਾਬ ਸਾਰਾ ਜਾਮ ਕਰਤਾ ਸੀਗਾ ਇਹ ਹੁਣ ਕਿਉਂ ਨਹੀਂ ਹੋ ਸਕਦਾ ਸਾਰਾ ਕੁਝ ਮੈਂ ਹੁਣ ਵੀ ਕਹਿ ਹੀ ਬਹੁਤ ਸਾਰੇ ਅਜਿਹੇ ਲੀਡਰਾਂ ਨੂੰ ਜਾਣਨਾ ਹੈਗਾ ਮੈਂ ਨਾਂ ਨਹੀਂ ਲੈਂਦਾ ਕਿਸੇ ਦਾ ਜਿਹੜੇ 90 90 ਸਾਲ ਦੇ ਹੋ ਕੇ ਗਏ ਨੇ 80 80 ਸਾਲ ਦੇ ਜਿਉਂਦੇ ਬੈਠੇ ਨੇ ਇਹਨਾਂ ਦਾ ਗੋਲਾ ਫੀਮ ਦਾ ਖਾਂਦੇ ਨੇ ਲਾਲ ਪੁੱਚੜਾਂ ਵਰਗੇ ਪਏ ਨੇ ਕਿਸੇ ਨੂੰ ਕੁਝ ਨਹੀਂ ਹੋਇਆ ਇਹ ਇੱਕ ਨੰਬਰ ਬਾਵੇ ਵੀ ਜਾਂਦਾ ਇਹਨਾਂ ਗੱਲਾਂ ਤੋਂ ਕਿ ਕੀ ਨਸ਼ਾ ਬੰਦੇ ਲਈ ਏਸੈਂਸ਼ੀਅਲ ਹੈ ਕਿ ਬੰਦਾ ਇਹਦੇ ਬਿਨਾਂ ਜੀ ਨਹੀਂ ਸਕਦਾ ਸ਼ਰਾਬ ਜਿਗਰ ਖਰਾਬ ਕਰਦੀ ਹੈ ਐਕਸੀਡੈਂਟ ਕਰਾਉਂਦੀ ਹੈ ਘਰਾਂ 'ਚ ਕੁੱਟਮਾਰ ਕਰਦੀ ਹੈਗੀ ਹੈ ਵਾਇਲੈਂਸ ਕਰਵਾਉਂਦੀ ਸ਼ਰਾਬ ਹਜ਼ਾਰਾਂ ਲੱਖਾਂ ਲੋਕ ਮਰਦੇ ਨੇ ਸ਼ਰਾਬ ਦੇ ਠੇਕੇ ਸਰਕਾਰ ਕਰ ਬੇਚ ਰਹੀ ਹੈਗੀ ਕਿਉਂਕਿ ਤਿੰਨ ਸਟੇਕ ਹোল্ডার ਨੇ ਇੱਕ ਫੈਕਟਰੀ ਮਾਰਕਰ ਸ਼ਰਾਬ ਬਣਾਦਾ ਇੱਕ ਪੌਂਟੀ ਚੱਡੇ ਵਰਗੇ ਹੁਣ ਤਾਂ ਵਿਚਾਰਾ ਧਰਤੀ ਤੇ ਹੈ ਨਹੀਂ ਵੱਡੇ ਠੇਕੇਦਾਰ ਤੀਜਾ ਸਰਕਾਰ ਖੁਦ ਜਿਹੜੇ ਮਾਲੀਆ ਕਮਾਦੀ ਹੈ ਹਜ਼ਾਰਾਂ ਕਰੋੜ ਦਾ ਸ਼ਰਾਬ ਤੋਂ ਉਹ ਤਾਂ ਖੁੱਲੀ ਮਿਲਦੀ ਹੈਗੀ ਜਿਹੜੀ ਜਿਹੜੀ ਭੁੱਕੀ ਖਾ ਕੇ ਬੰਦਾ ਕੰਮ ਕਰਦਾ ਕਹੀ ਭਾਲ ਦਾ ਰੰਬਾ ਭਾਲ ਦਾ ਦੋ ਚਮਚੇ ਕੁਪੁੱਕੀ ਦੇ ਲਾ ਕੇ ਉਹ ਉਹ ਅੰਦਰ ਕੀਤਾ ਹੋਇਆ ਹੈਗਾ ਦੁਨੀਆ ਮੁਕੰਮਲ ਰੂਪ ਵਿੱਚ ਨਸ਼ਾ ਮੁਕਤ ਕਦੇ ਵੀ ਨਹੀਂ ਹੋਈ ਕਦੀ ਕਦੀ ਇਹ ਸ਼ਿਵਜੀ ਦੀ ਭੰਗ ਸੀਗੀ ਕਦੀ ਦੇਵਤਾਵਾਂ ਦੀ ਸੁਰਾ ਸੀਗੀ ਕਦੀ ਨੰਗਾ ਦਾ ਸੁਖ ਨਿਦਾਨ ਸੀਗਾ ਕੋਈ ਨਾ ਕੋਈ ਨਸ਼ਾ ਮਨੁੱਖ ਆਪਣੇ ਮਨ ਪਰਚਾਵੇ ਵਾਸਤੇ ਸਹਿਜ ਮਹਿਸੂਸ ਕਰਨ ਵਾਸਤੇ ਇੱਕ ਹੋਰ ਵਸਤਾ ਜਾਣ ਵਾਸਤੇ ਲਗਾਤਾਰ ਵਰਦਾ ਆਇਆ ਹੈਗਾ ਕਿਟੇ ਦਾ ਪੰਗ ਖੋਲਤੀ ਸਟੋਰਾਂ ਦੇ ਪੰਗ ਦੀਆਂ ਟੌਫੀਆਂ ਪੰਗ ਦੀ ਕਾਫੀ ਜਿੱਥੇ ਮਰਜ਼ੀ ਤੁਸੀਂ ਲੈ ਲਓ ਇੱਥੇ ਕਈ ਵਾਰੀ ਖਬਰਾਂ ਆਉਂਦੀ ਕਿਸੇ ਨੇ ਆਪਣੇ ਉਸ ਚ ਲਾਈ ਹੁੰਦੀ ਗਮਲਿਆਂ ਚਲਾਈ ਹੁੰਦੀ ਅੰਬਾਲੇ ਵੀ ਫੜਿਆ ਇੱਥੇ ਵੀ ਫੜੇ ਸੀਗਾ ਬੰਦਾ ਲੋਕੇ ਲੋਕੇ ਅਟੈਂਪਟ ਕਰਦੇ ਆ ਪਰ ਉਹ ਇਲੀਗਲ ਹੈ ਗੈਰ ਕਾਨੂੰਨੀ ਲੋਕਾਂ ਨੇ ਫੜੇ ਜਾਣਾ ਹੈਗਾ ਕਿ ਪੰਜਾਬ ਦੇ ਗੋਦੇ ਦੁੱਧ ਚ ਵੀ ਜ਼ਹਿਰ ਹੈਗਾ ਮਾਂ ਦੇ ਦੁੱਧ ਚ ਵੀ ਜ਼ਹਿਰ ਹੈਗਾ ਔਰ ਕੀ ਸਾਡੇ ਪੰਜਾਬੀ ਜਿੱਦ ਹੁਣ ਸਾਡਾ ਇਹ ਹਾਲ ਹੋ ਚੁਕਿਆ ਕਿ ਸਾਨੂੰ ਸਮਝ ਨਹੀਂ ਆਈ ਸਾਡੇ ਬਜ਼ੁਰਗਾਂ ਨੂੰ ਨਹੀਂ ਪਤਾ ਲੱਗਿਆ ਵੀ ਪੰਜਾਬ ਦਾ ਇਹ ਹਾਲ ਹੋ ਜਾਣਾ ਨਹੀਂ ਜੀ ਤੁਸੀਂ ਇੰਟਰਨੈਟ ਤੇ ਜਾ ਕੇ ਨਾ ਇੱਕ ਵਾਰਾ ਪੁਰਤਗਾਲ ਭਰ ਕੇ ਪੁਰਤਗਾਲ ਤੇ ਨਸ਼ੇ ਭਰ ਕੇ ਦੇਖਿਓ ਤੁਸੀਂ ਨਟ ਸਾਹਿਬ ਕਨ ਸ਼ਾਮ ਤੋਂ ਇੱਕ ਚਰਚਾ ਚੱਲ ਰਹੀ ਹੈ ਕਿ ਸੀਐਮ ਬਦਲੇ ਜਾ ਰਹੇ ਹੈ ਇਸ ਬਾਰੇ ਤੁਹਾਡਾ ਕੀ ਕਹਿੰਦੇ ਉਹਨੇ ਹੀ ਮੈਂ ਦੱਸਾਂ ਇੱਕ ਮੈਨੂੰ ਕਹਾਵਤ ਯਾਦ ਆਂਦੀ ਹੈ ਕਿਸੇ ਨਾ ਸ਼ਰਾਧਾ ਚ ਪੰਡਤਾਂ ਦੇ ਪੰਡਿਤ ਕੋਲ ਗਿਆ ਕਹਿੰਦਾ ਪੰਡਤ ਜੀ ਤੁਹਾਡੇ ਛੋਟੇ ਮੁੰਡੇ ਨੂੰ ਨਹੀਂ ਹੁੰਦਾ ਹੈਗਾ ਹਾਂਜੀ ਉਹ ਕਹਿੰਦਾ ਜਿਹਨੂੰ ਮਰਜ਼ੀ ਲੈ ਜਾ ਪੰਛੇਰੀ ਦਾ ਘਟਾ ਨ ਕਿਸੇ ਨੇ ਨਹੀਂ ਖਾਣਾ ਸਾਰੇ ਸਾਰੇ ਪੰਛੇਰ ਖਾਣ ਵਾਲੇ ਆ ਗਏ ਜਿਹਨੂੰ ਮਰਜ਼ੀ ਲੈ ਜਾਓ ਸੋ ਜਿਹਨੂੰ ਮਰਜ਼ੀ ਲਾ ਦਿਓ ਜਿਹਨੂੰ ਮਰਜ਼ੀ ਬਣਾ ਲਿਓ ਇਹ ਪਾਰਟੀ ਨਸਲ ਇਦਾਂ ਦੀ ਹੈਗੀ ਐ ਇਹਨਾਂ ਕੋਈ ਬੰਦਾ ਕੰਮ ਦਾ ਨਹੀਂ ਨਾ ਤਾਂ ਇਹਨਾਂ ਨੂੰ ਰਾਜ ਸੱਤਾ ਕੀ ਹੁੰਦੀ ਉਹਦਾ ਪਤਾ ਹੈਗਾ ਨਾ ਪ੍ਰਸ਼ਾਸਨ ਦਾ ਪਤਾ ਹੈਗਾ ਇਸ ਵੇਲੇ ਤਾਂ ਬਿਊਰੋਕ੍ਰੇਸੀ ਪ੍ਰਸ਼ਾਸਨ ਚਲਾ ਰਹੀ ਹੈਗੀ ਅਸੀਂ ਤਾਂ ਸਿੰਥੈਟਿਕ ਡਰੱਗ ਦੀ ਗੱਲ ਕਰਦੇ ਸੀਗੇ ਤੁਸੀਂ ਹੁਣੇ ਤੁਸੀਂ ਕਹਿ ਰਹੇ ਸੀਗੇ ਕਿ ਆਪਾਂ ਉਹਤੇ ਬੀਪੂ ਪੀ ਆਪਾਂ ਵੇਚੜੀ ਉਹ ਉਸ ਜਿਹੜਾ ਤੁਹਾਡਾ ਪਹਿਲਾਂ ਚੱਲਦਾ ਆ ਰਿਹਾ ਸੀ ਉਸ ਤੇ ਤੁਹਾਡਾ ਕੀ ਪੱਖ ਹੁਣ ਦੇਖੋ ਮੈਂ ਬੀਜਨ ਦੀ ਕਪਕਾਲਤ ਨਹੀਂ ਕਦੀ ਕੀਤੀ ਮੈਂ ਕਿਹਾ ਕਿ ਜਿਵੇਂ ਬਾਹਲੇ ਮੁਲਕਾਂ ਨੇ ਆਪਣੀ ਨਸ਼ਾ ਪਾਲਿਸੀ ਬਦਲੀ ਹੈਗੀ ਹੈ ਉਹਨਾਂ ਨੇ ਨਸ਼ਿਆਂ ਦੇ ਛੋੜ ਦਿੱਤੀ ਹੈਗੀ ਹੈ ਕੈਨੇਡਾ 'ਚ ਤੁਸੀਂ ਜਿਹੜੀ ਭੰਗ ਪੰਗ ਦੇ ਕਿਸੇ ਵੇਲੇ ਸਪਰੇਅ ਕਰਦੇ ਸੀ ਕ੍ਰਾਈਮ ਸੀਗਾ ਭੰਗ ਰੱਖਣਾ ਅੱਜ ਉੱਤੇ ਭੰਗ ਦੇ ਸਟੋਰ ਆ ਗਏ ਤੁਸੀਂ ਰੈਗੂਲਰ ਇੱਕ ਨਿਸ਼ਚਿਤ ਮਾਤਰਾ 'ਚ ਭੰਗ ਲੈ ਸਕਦੇ ਹੋ ਇਹਵੇਂ ਪੰਜਾਬ 'ਚ ਜੋ ਫੀਮ ਭੁੱਕੀ ਹੈ ਜਿਹੜਾ ਪੰਜਾਬ ਦਾ ਰਵਾਇਤੀ ਨਸ਼ਾ ਹੈਗਾ ਜਦੋਂ ਉਹਦੇ ਬੰਦੀ ਲੱਗੀ ਹੈਗੀ ਹੈ ਪੰਜਾਬ ਮੌਦ ਦਾਖੂ ਬਣਿਆ ਉਸ ਤੋਂ ਬਾਅਦ ਹੈਗਾ ਉਸ ਤੋਂ ਪਹਿਲਾਂ ਲੋਕ ਹਜ਼ਾਰਾਂ ਸਾਲ ਤੋਂ ਨਿਸ਼ਚਿਤ ਮਾਤਰਾ 'ਚ ਬਾਡੀਆਂ ਵੇਲੇ ਸੀਜ਼ਨਾਂ ਵੇਲੇ ਥਕੀਵੇਂ ਲਾਣ ਨੂੰ ਕੇਮਾ ਲਾਣ ਨੂੰ ਮਨ ਪਰਚਾਵੇ ਵਾਸਤੇ ਚਿੱਤ ਖੁਸ਼ ਕਰਨ ਵਾਸਤੇ ਮਾੜੀ ਮੋਟੀ ਭੰਗ ਦਾ ਸੇਵਨ ਮਾੜੀ ਮੋਟੀ ਸੌਰੀ ਫੀਮ ਭੁੱਕੀ ਦਾ ਸੇਵਨ ਕਰਦੇ ਸੀਗੇ ਤੇ ਕੋਈ ਪੰਜਾਬ 'ਚ ਮੋ ਦੇ ਇੱਕ ਵੀ ਰਿਪੋਰਟ ਨਹੀਂ ਸੀ ਹੈਗੀ ਮੈਂ ਹੁਣ ਵੀ ਕਹੇ ਬਹੁਤ ਸਾਰੇ ਅਜਿਹੇ ਲੀਡਰਾਂ ਨੂੰ ਜਾਣਨਾ ਹੈਗਾ ਮੈਂ ਨਾਂ ਨਹੀਂ ਲੈਂਦਾ ਕਿਸੇ ਦਾ ਜਿਹੜੇ 90 90 ਸਾਲ ਦੇ ਹੋ ਕੇ ਗਏ ਨੇ 80 80 ਸਾਲ ਦੇ ਜਿਉਂਦੇ ਬੈਠੇ ਨੇ ਇਹਨਾਂ ਦਾ ਗੋਲਾ ਫੀਮ ਦਾ ਖਾਂਦੇ ਨੇ ਲਾਲ ਪੁੱਚੜਾਂ ਵਰਗੇ ਪਏ ਨੇ ਕਿਸੇ ਨੂੰ ਕੁਝ ਨਹੀਂ ਹੋਇਆ ਡਾਕਟਰ ਸਾਹਿਬ ਕੋਈ ਕਿਸੇ ਨੂੰ ਕੁਝ ਨਹੀਂ ਹੋਇਆ ਜਦੋਂ ਪੰਜਾਬ 'ਚ ਨਸ਼ੇ ਬੜੇ ਉਦੋਂ ਹੈਗੇ ਆ ਜਦੋਂ ਫੀਮ ਪੁੱਕੀ ਬੰਦ ਕੀਤੀ ਨਾਲ ਪਰ ਮੇਰੇ ਨਾਲ ਐਮਪੀ ਧਰਮਵੀਰ ਗਾਂਧੀ ਜੀ ਮੌਜੂਦ ਨੇ ਤੇ ਅਬ ਸ਼ੂਜ਼ ਪਾ ਲੈਣ ਫਿਰ ਆਪਾਂ ਗੱਲਬਾਤ ਕਰਦੇ ਆਂ ਗੁਰਦਾਰਾ ਸਾਹਿਬ ਦੇ ਵਿੱਚ ਆਏ ਸੀ ਕਿਉਂਕਿ ਅੱਜ ਲਦਾਖ ਤੋਂ ਕਾਫੀ ਨੁਮਾਇंदे ਆਏ ਨੇ ਲਦਾਖ ਦੇ ਜਿੱਥੇ ਜਿਸ ਤਰੀਕੇ ਨਾਲ ਉੱਥੇ এনवायरमेंट ਚੇਂਜ ਹੋ ਰਿਹਾ ਹੈ ਔਰ ਉਹਨਾਂ ਦੀ ਜਿਹੜੀਆਂ ਕੁਝ ਡਿਮਾਂਡਸ ਨੇ ਜਦੋਂ 370 ਹਟਾਇਆ ਗਿਆ ਤਾਂ ਗਵਰਨਮੈਂਟ ਨੇ ਉਹਨਾਂ ਨੂੰ ਕਿਹਾ ਸੀਗਾ ਕਿ ਇਹ ਸਭ ਡਿਮਾਂਡਸ ਤੁਹਾਡੀਆਂ ਪੂਰੀਆਂ ਹੋਣਗੀਆਂ ਜੋ ਹਾਲੇ ਤੱਕ ਪੂਰੀਆਂ ਨਹੀਂ ਹੋਈਆਂ ਉਹਨਾਂ ਨੂੰ ਲੈ ਕੇ ਤਰਮੇਰ ਗੰਦੀ ਹੋ ਰਹੀ ਵੀ ਉਹਨਾਂ ਦੇ ਨਾਲ ਆਏ ਨੇ ਕੈਮਰਾਮੈਨ ਨੂੰ ਕਹਾਂਗੇ ਥੋੜਾ ਜਿਹਾ ਪੋਕਸ ਕਰਨਗੇ ਤੇ ਨਾਲ ਦੀ ਨਾਲ ਸਹੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆ ਜਿਸ ਤਰੀਕੇ ਨਾਲ ਲਦਾਖ ਵਾਲੇ ਅੱਜ ਲੈ ਕੇ ਆਏ ਨੇ ਔਰ ਦਿੱਲੀ ਜਾਣ ਦੀ ਉਹਨਾਂ ਦੀ ਗੱਲਬਾਤ ਹੈਗੀ ਹੈ ਪ੍ਰੋਗਰਾਮ ਹੈਗਾ ਸੋ ਇਸ ਤਰੀਕੇ ਦੀ ਇੱਕ ਇੱਕ ਜਿਹੜੀ ਚਿੰਤਾ ਹੈਗੀ ਉਹ ਪੰਜਾਬੀਆਂ ਵੱਲੋਂ ਵੀ ਚਿਤਾਈ ਜਾਂਦੀ ਹੈ ਸਾਡੇ ਕਲਚਰ ਨੂੰ ਲੈ ਕੇ ਸਾਡੇ এনवायरमेंट ਨੂੰ ਲੈ ਕੇ ਵੀ ਤੁਸੀਂ ਕਿੰਨਾ ਕਿ ਇਸ ਸੀਜ਼ ਨਾਲ ਇਤਫਾਕ ਰੱਖ ਰਹੇ ਹੋ ਜੀ ਦੇਖੋ ਬਹੁਤ ਜ਼ਿਆਦਾ ਸਾਡਾ ਕਨਸਰਨ ਹੈ এনवायरमेंट ਨੂੰ ਲੈ ਕੇ ਆ ਖਾਸ ਤੌਰ ਤੇ ਹਰ ਇਨਕਲਾਬ ਤੋਂ ਬਾਅਦ ਜੋ ਫਸਲੀ ਚੱਕਰ ਸਿਗਾ ਉਹਦੇ ਵਿੱਚ ਪੰਜਾਬ ਨੇ ਝੋਨਾ ਲਿਆ ਕੇ ਜਾਂ ਪੰਜਾਬ ਦੇ ਸਿਰ ਝੋਨਾ ਮੜ ਕੇ ਭਾਰਤੀ ਰਾਜ ਨੇ ਪੰਜਾਬ ਦਾ ਮਿੱਟੀ ਪੰਜਾਬ ਦੀ ਹਵਾ ਪੰਜਾਬ ਦਾ ਪਾਣੀ ਸਭ ਕੁਝ ਤਬਾ ਕਰ ਦਿੱਤਾ ਹੈਗਾ ਅੱਜ ਜ਼ਹਿਰੀਲਾ ਪਾਣੀ ਹੈਗਾ ਜ਼ਹਿਰੀਲੀ ਮਿੱਟੀ ਹੈਗੀ ਹੈ ਜ਼ਹਿਰੀਲਾ ਹੀ ਮਤਲਬ ਹਵਾ ਹੈਗੀ ਹੈ ਕੈਂਸਰ ਵਰਗੀਆਂ ਬਿਮਾਰੀਆਂ ਨੇ ਪੰਜਾਬ ਦਾ ਘਰ ਕਰ ਲਿਆ ਵੀ ਕੰਨੇ ਨੂੰ ਕੈਂਸਰ ਟ੍ਰੇਨ ਜਾਂਦੀ ਹੈ ਬਕਾਇਦਾ ਇੱਕ ਬਠਿੰਡੇ ਤੋਂ ਹੈਗਾ ਤਾਂ ਨਾ ਹੀ ਕੈਂਸਰ ਟ੍ਰੇਨ ਪੈ ਗਿਆ ਸੋ ਇਹ ਜਿਹੜਾ ਫਸਲੀ ਚੱਕਰ ਹੈਗਾ ਜਦ ਤੱਕ ਆਪਾਂ ਇਹਨੂੰ ਛੋਣਾ ਸਾਡੀ ਕੁਦਰਤੀ ਫਸਲ ਨਹੀਂ ਹੈਗਾ ਅੱਜ ਤਾਂ ਮੈਂ ਚੌਰ ਖਾਂਦੇ ਹੀ ਨਹੀਂ ਚੌਰ ਸਾਰਾ ਇੰਡੀਆ ਖਾਂਦਾ ਹੈਗਾ ਨਾਰਥ-ਈਸਟ ਖਾਂਦਾ ਹੈਗਾ ਜਾਂ ਬਾਕੀ ਹਿੰਦੁਸਤਾਨ ਖਾਂਦਾ ਹੈਗਾ ਸੋ ਸਾਡੇ ਉੱਤੇ ਇਹ ਪਾਰਦਿਆਂ ਖਾਦ ਲੋੜਾਂ ਨੂੰ ਪੂਰਾ ਕਰਨ ਵਾਸਤੇ ਪੰਜਾਬ ਦੇ ਸਿਰ ਦੇ ਉੱਤੇ ਹਰਨ ਕਲਾਬ ਮੜਿਆ ਗਿਆ ਹੈਗਾ ਹਰਨ ਕਲਾਬ ਨੇ ਆਰਜੀ ਤੌਰ ਤੇ ਪਿਆਰ ਨੂੰ ਲਾਹਾ ਦਿੱਤਾ ਹੈਗਾ ਮੈਨੂੰ ਕਹਿੰਦਾ ਕੋਈ ਫਾਇਦਾ ਨਹੀਂ ਹੋਇਆ ਪੰਜਾਬੀ ਕਿਸਾਨੀ ਕੋਈ ਮੁਕਾਬਲਤਨ ਖੁਸ਼ਹਾਲੀਆ ਦੌਰ ਆਇਆ ਜਿਹੜਾ 85 ਜਾਂਦੇ ਜਾਂਦੇ ਹਰਨ ਕਲਾਬ ਪੀੜਾ ਪੈਣਾ ਸ਼ੁਰੂ ਹੋ ਗਿਆ ਉਸ ਤੋਂ ਬਾਅਦ ਪਾਣੀ ਦਾ ਸતર ਹਰ ਸਾਲ ਨਿਵੇਂ ਜਾਂਦਾ 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 4-400 ਫੁੱਟ ਤੇ ਪਾਣੀ ਚਲਾ ਗਿਆ ਉਸ ਤੋਂ ਬਾਅਦ ਜਿਹੜੀ ਧਰਤੀ ਜ਼ਹਿਰੀਲੀ ਹੁੰਦੀ ਹੁੰਦੀ ਉਹ ਮਤਲਬ ਇੰਨੀਆਂ ਖਾਦਾਂ ਰੇਹਾਂ ਪੈਣ ਲੱਗ ਪਏ ਐ ਨੇ ਸਪਰੇਅ ਹੋਣ ਲੱਗ ਪਏ ਕਿ ਪੰਜਾਬ ਦੇ ਕਾਊ ਦੇ ਦੁੱਧ ਚ ਵੀ ਜ਼ਹਿਰ ਹੈਗਾ ਮਾਦੇ ਦੁੱਧ ਚ ਵੀ ਜ਼ਹਿਰ ਹੈਗਾ ਔਰ ਪੰਜਾਬ ਚ ਹਰ ਪਾਸੇ ਜ਼ਹਿਰੀਲਾ ਵਾਤਾਵਰਨ ਜਿਹੜਾ ਹੈਗਾ ਉਹ ਉਹ ਸਾਡੇ ਸਾਹਮਣੇ ਹੈਗਾ ਪੰਜਾਬ ਦੇ ਸਾਰੇ ਦਰਿਆ ਇਨਕਲੂਡਿੰਗ ਕਗਰ ਸਭ ਦੂਸ਼ ਤੋਂ ਹੀ ਪਏ ਹੈ ਕਰਤੋ ਜਿਲ੍ਹੇ ਵਿੱਚੋਂ ਲੰਘ ਨਹੀਂ ਸਕਦੇ ਸਤਲੁਜ ਬਹੁਤ ਥਾਂ ਤੇ ਇਹਨਾਂ ਦੋਸ਼ਤ ਹੈਗਾ ਕਿ ਉੱਥੇ ਜਿਹੜੀ ਮੇਰੀ ਐਕੁਆਟਿਕ ਲਾਈਫ ਹੈ ਜਲ ਜਲ ਜੀਵ ਹੈ ਉਹਨਾਂ ਦੀ ਉਹਨਾਂ ਦੀ ਜ਼ਿੰਦਗੀ ਸੰਭਵ ਨਹੀਂ ਹੈਗੀ ਹੈ ਸੋ ਇਸ ਕਰਕੇ ਪੰਜਾਬ ਵੀ ਬੜੇ ਖਤਰੇ ਦੇ دہਾਨੇ ਦੇ ਖੜਾ ਹੈਗਾ ਲਦਾਖ ਦੀ ਆਪਣੀ ਖੂਬਸੂਰਤੀ ਹੈਗੀ ਹੈ ਆਪਣੀ ਵਿਲੱਖਣਤਾ ਹੈਗੀ ਹੈ ਮੌਸਮ ਦੇ ਹਿਸਾਬ ਨਾਲ ਬਾਤਾਵਰਨ ਦੇ ਹਿਸਾਬ ਨਾਲ ਸਾਡੀ ਆਪਣੀ ਵਿਲੱਖਣਤਾ ਹੈਗੀ ਹੈ ਪੰਜਾਬ ਦੁਨੀਆ ਦੀ ਇੰਨੀ ਸ਼ਾਨਦਾਰ ਧਰਤੀਆਂ ਚੋਂ ਇੱਕ ਹੈਗੀ ਹੈ ਜਿੱਥੇ ਚਾਰੇ ਰੁੱਤਾਂ ਹੈਗੀਆਂ ਹਰੀਆਲੀ ਐ ਪਾਣੀ ਨਾਲ ਸਰਸ਼ਾਰ ਹੈਗਾ ਸਭ ਤੋਂ ਵਧੀਆ ਖਿੱਤਾ ਹਿੰਦੁਸਤਾਨ ਚੋਂ ਜਾਂ ਦੁਨੀਆ ਚੋਂ ਪੰਜਾਬ ਵਰਗੇ ਖੇਤੇ ਬਹੁਤ ਘਟਨੇ ਇਹ ਖਿੱਤਾ ਬਰਬਾਦ ਕਰ ਦਿੱਤਾ ਪਹਿਲੇ ਸਰ ਸਰ ਇੱਕ ਸਵਾਲ ਸੀਗਾ ਜਿਸ ਤਰੀਕੇ ਨਾਲ ਤੁਸੀਂ ਦੱਸਿਆ ਬਿਲਕੁਲ ਅਸੀਂ ਗਾਣਿਆਂ ਦੇ ਵਿੱਚ ਵੀ ਸੁਣਦੇ ਹਾਂ ਸਾਡੀ ਬਾਣੀਆਂ ਦੇ ਵਿੱਚ ਵੀ ਲਿਖਿਆ ਹੋਇਆ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਵੀ ਕਹਿੰਦੇ ਜਦੋਂ ਪਟਨੇ ਤੋਂ ਇੱਧਰ ਆਉਂਦੇ ਆ ਗੁਰੂ ਤੇਗ ਬਹਾਦਰ ਮਹਾਰਾਜ ਜੀ ਉਹਨਾਂ ਨੂੰ ਲੈ ਕੇ ਆਉਂਦੇ ਆ ਤਾਂ ਉਹ ਬਾਣੀ ਦੇ ਵਿੱਚ ਲਿਖਦੇ ਆ ਕਿ ਮਧੁਰ ਦੇਸ਼ ਹਮ ਕੋ ਲੈ ਆਏ ਇਸ ਦੇਸ਼ ਨੂੰ ਮਧੁਰ ਦੇਸ਼ ਕਹਿੰਦੇ ਆ ਮਿੱਠਾ ਦੇਸ਼ ਆ ਇਹ ਲੇਕਿਨ ਸਰ ਜਿਸ ਤਰੀਕੇ ਨਾਲ ਹੁਣ ਲਦਾਖ ਦੇ ਵਿੱਚ ਇਹ ਗੱਲਬਾਤ ਚੱਲ ਪਈ ਹੈ ਇਹ ਇੱਥੋਂ ਦੇ ਲੋਕ ਚਿੰਤਾ ਜ਼ਾਹਰ ਕਰ ਰਹੇ ਆ ਉੱਥੇ ਦਿੱਲੀ ਤੱਕ ਵੀ ਜਾਣਦੀਆਂ ਗੱਲਾਂ ਬਾ ਕੀ ਸਾਡੇ ਪੰਜਾਬੀ ਜਿੱਦ ਹੁਣ ਸਾਡਾ ਇਹ ਹਾਲ ਹੋ ਚੁੱਕਿਆ ਕਿ ਸਾਨੂੰ ਸਮਝ ਨਹੀਂ ਆਈ ਸਾਡੇ ਬਜ਼ੁਰਗਾਂ ਨੂੰ ਨਹੀਂ ਪਤਾ ਲੱਗਿਆ ਵੀ ਪੰਜਾਬ ਦਾ ਇਹ ਹਾਲ ਹੋ ਜਾਣਾ ਨਹੀਂ ਜਿਹੜਾ ਨਵਾਂ ਆਰਥਿਕ ਮਾਡਲ ਆਇਆ ਹੈ ਨਾ ਜਿਹਦੇ ਚੋ ਇੰਡਸਟਰੀ ਜਿਸ ਤਿਸ ਢੰਗ ਦੀ ਪੰਜਾਬ ਚ ਆਈ ਹੈਗੀ ਹੈ ਜਿੰਨਾ ਦੂਸ਼ਤ ਇੰਡਸਟਰੀਆਂ ਕੀਤਾ ਹੈਗਾ ਮੈਂ ਕਗਰਵਾਰੇ ਕਹਾ ਸਦਾ ਕਿੰਨੀਆਂ ਇੰਡਸਟਰੀਆਂ ਨੇ ਡੇੜਾ ਵਸੀ ਲਾਲੂੜੂ ਤੋਂ ਆਪਣਾ ਜਰੀਲਾ ਪਾਣੀ ਘੱਗਰ ਚ ਪਾਇਆ ਹੋਇਆ ਬਹੁਤ ਸਾਰੀਆਂ ਇਹੀ ਹਾਲਾਤ ਲੋਜ ਦਾ ਨੰਗਲ ਤੋਂ ਸ਼ੁਰੂ ਹੁੰਦੀ ਹੈਗੀ ਹੈ ਇਹੀ ਹਾਲ ਬਿਆਸ ਦਾ ਹੈਗਾ ਜਿਸ ਇੱਕ ਸ਼ਰਾਬ ਦੀ ਫੈਕਟਰੀ ਦਾ ਪਾਣੀ ਪਾ ਗਿਆ ਕਿੰਨੀ ਜਿਹੜਾ ਜਲ ਜੀਵਨ ਚ ਜੀਵ ਜਲ ਦੇ ਜੰਤੂ ਸਿਗੇ ਕਿੰਨੇ ਹਜ਼ਾਰਾਂ ਲੱਖਾਂ ਮਰ ਗਏ ਤੁਹਾਨੂੰ ਜੇ ਤੁਹਾਨੂੰ ਯਾਦ ਹੋਵੇ 5-6 ਸਾਲ ਪਹਿਲਾਂ ਇੱਕ ਕਾਂਡ ਵਾਪਰੇ ਆਸੇਗਾ ਸੋ ਇਸ ਤਰ੍ਹਾਂ ਮਤਲਬ ਜੇ ਆਪਾਂ ਪੰਜਾਬ ਸਜਗ ਹੋਊਗਾ ਜੇ ਆਪਣੀ ਮਤਲਬ ਆਤਮਾ ਜਗਾਵਾਗੇ ਆਪਣੀ ਅੰਦਰਲੀ ਆਵਾਜ਼ ਸੁਣਾਗੇ ਤਾਂ ਪੰਜਾਬ ਨੂੰ ਮੁੜ ਕੇ ਇੱਕ ਸੁਖਦ ਪੰਜਾਬ ਇੱਕ ਵਧੀਆ ਰਹਿਣ ਜੋਗਾ ਜੀਉਣ ਜੋਗਾ ਪੰਜਾਬ ਬਣਾਉਣ ਵਾਸਤੇ ਪੰਜਾਬ ਨੂੰ ਦੇਰ ਸਵੇਰ ਜਿਹੜਾ ਮੌਜੂਦਾ ਫਸਲੀ ਚੱਕਰ ਹੈਗਾ ਉਹ ਤੋਂ ਬਾਹਰ ਨਿਕਲਣਾ ਪੈਣਾ ਹੈ ਜੈਵ ਖੇਤੀ ਵੱਲ ਨੂੰ ਮੁੜਨਾ ਪੈਣਾ ਹੈਗਾ ਸਾਰਾ ਖੇਤੀ ਦਾ ਪੈਟਰਨ ਬਦਲਣਾ ਪੈਣਾ ਦਾਲਾਂ ਤੇਲਨ ਸਸਰੀ ਇੱਕ ਕੁਐਸਚਨ ਸੀਗਾ ਜਿਸ ਤਰੀਕੇ ਨਾਲ ਤੁਸੀਂ ਨਾਂ ਲਿਆ ਡੇਰਾ ਬਸਿੱਦਾ ਕਿ ਇੱਥੇ ਫੈਕਟਰੀਆਂ ਆ ਗਈਆਂ ਪਿਛਲੇ ਕੁਝ ਸਾਲਾਂ ਦੇ ਵਿੱਚ ਤਕਰੀਬਨ 7-8 ਸਾਲ ਪਹਿਲਾਂ ਦੀ ਗੱਲ ਹੈਗੀ ਹੈ ਇਹ ਇਹ ਫੈਕਟਰੀਆਂ ਦੇ ਉੱਤੇ ਇੱਕ ਕੇਸ ਵੀ ਹੋਇਆ ਕਿਉਂਕਿ ਇੱਥੇ ਟਿਊਬਵਲਾਂ ਦੇ ਵਿੱਚ ਬਹੁਤ ਜ਼ਿਆਦਾ ਇਸ ਤਰੀਕੇ ਦਾ ਪਾਣੀ ਆਣ ਲੱਗਿਆ ਸੀ ਫਿਰ ਉਹਨਾਂ ਨੇ ਜਦੋਂ ਚੈੱਕ ਕਰਵਾਇਆ ਕਿਉਂਕਿ ਕੈਂਸਰ ਹੋਣ ਲੱਗ ਗਿਆ ਸੀ ਇੱਥੋਂ ਦੇ ਪਿੰਡਾਂ ਦੇ ਵਿੱਚ ਉਹ ਕੇਸ ਹਲੇ ਵੀ ਚੱਲਦਾ ਹੈ ਨੈਸ਼ਨਲ ਨੈਸ਼ਨਲ ਟ੍ਰਿਬਿਊਨਲ ਦੇ ਵਿੱਚ ਤੇ ਤੇ ਉਹਦੀ ਇੱਕ ਜਿਹੜੀ ਫੈਕਟਰੀ ਨੂੰ ਬੰਦ ਕਰਨ ਦੇ ਆਰਡਰ ਵੀ ਆ ਗਏ ਸੀ ਤੇ ਹਫ਼ਤੇ ਦਾ ਟਾਈਮ ਦਿੱਤਾ ਉਹਨਾਂ ਨੂੰ ਤੇ ਬਾਅਦ ਵਿੱਚ ਉਹ ਫੈਕਟਰੀਆਂ ਹਲੇ ਵੀ ਚੱਲ ਰਹੀ ਨੇ ਨਹੀਂ ਚੱਲ ਉਹ ਚੱਲਦੀ ਜਾਣਗੀਆਂ ਕਿਉਂਕਿ ਉਹਨਾਂ ਨੂੰ ਬਿਨਾਂ ਸਿਆਸੀ ਸੱਤਰ ਸ਼ਾਇਤ ਤੋਂ ਬਿਨਾਂ ਸਿਆਸੀ ਸਰਪ੍ਰਸਤੀ ਤੋਂ ਇਹ ਫੈਕਟਰੀਆਂ ਮੰਦ ਤੇ ਅੰਝ ਚੱਲੇ ਨਹੀਂ ਸਕਦੀਆਂ ਇਨਫੈਕਟੀਆਂ ਕਿ ਇੱਕ ਨਸ਼ੇ ਦੀ ਪੂੜੀ ਨਹੀਂ ਵੇਖ ਸਕਦੀ ਇੱਕ ਗ੍ਰਾਮ ਭੁੱਕੀ ਨਹੀਂ ਵੇਖ ਸਕਦੀ ਜੇ ਸਰਕਾਰ ਦੀ ਜਾਂ ਪ੍ਰਸ਼ਾਸਨ ਦੀ ਖਾਸ ਤੌਰ ਤੇ ਪੁਲਿਸ ਪ੍ਰਸ਼ਾਸਨ ਦੀ ਸ਼ਦਲ ਸ਼ਾਇ ਨਾ ਹੋਵੇ ਸਹਿਯੋਗ ਨਾ ਹੋਵੇ ਲਾਈਡ ਆਰਡਰ ਨਹੀਂ ਆਲਦਾ ਜੇ ਪੁਲਿਸ ਚਾਵੇ ਦਾ ਪਤਾ ਨਹੀਂ ਮਿਲ ਸਕਦਾ ਕਿਵੇਂ ਜਦੋਂ ਪੰਜਾਬ ਬਿਲੂਸਟਾਰ ਕੀਤਾ ਸੀਗਾ ਪੰਜਾਬ ਸਾਰਾ ਜਾਮ ਕਰਤਾ ਸੀਗਾ ਇਹ ਹੁਣ ਕਿਉਂ ਨਹੀਂ ਹੋ ਸਕਦਾ ਸਾਰਾ ਕੁਝ ਜੇ ਮਾਫੀਆ ਨੂੰ ਹੱਥ ਪਾਣਾ ਹੋਵੇ ਕੋਈ ਸਾਰੇ ਪੰਜਾਬ ਤੇ ਇੱਕਦਮ ਇਹ ਸਰਕਾਰੀ ਨੀਤ ਹੈ ਨਹੀਂ ਸਰਕਾਰ ਖੋਰ ਪਾਕੀਦਾਰ ਹੈਗੇ ਬਹੁਤ سارے ਲੀਡਰਾਂ ਦੇ ਨਸ਼ਾ ਤਸਕਰੀ ਦੇ ਵਪਾਰ ਵਿੱਚ ਬੋਲਦੇ ਹੈਗੇ ਉਹਨਾਂ ਦੀ ਸਰਪ੍ਰਸਤੀ ਬਿਆਨ ਦਿੱਤਾ ਜਦਦਾ इवन ਇਥੇ ਤਾਂ ਕਿ ਨਵੀਂ ਆਈ ਆਮ ਆਦੀ ਪਾਰਟੀ ਬਦਲਾ ਦਾ ਨਾਂ ਲੈ ਕੇ ਆਈ ਸੀ ਉਹਨਾਂ ਦੇ ਕ ਐਮ ਐਲ اے ਕੁਮਰ ਪ੍ਰਤਾਪ ਸਿੰਘ ਕਹਿੰਦੇ ਆ ਕਿ ਮੇਰੇ ਹਲਕੇ ਨਸ਼ਾ ਵਿਕਦਾ ਹੈਗਾ ਉਹ ਸ਼੍ਰੀ ਰਾਗਬ ਚੱਡਾ ਦੁਆਰਾ ਲਾਇਕ ਐਸ ਐਸ ਪੀ ਦੀ ਨਿਗਰਾਨੀ ਹੇਠ ਵਿਕਦਾ ਚੇ ਸੁਣਿਆ ਉਹਨਾਂ ਬਿਆਨ ਉਹਨਾਂ ਦਾ ਅੰਮ੍ਰਿਤਸਰੋਂ ਬਿਆਨ ਆਇਆ ਸੀਗਾ ਸੋ ਐਦਾਂ ਦੇ ਮਾਹੌਲ ਤੁਸੀਂ ਕੀ ਆਸ ਕਰਦੇ ਹੋ ਕਿ ਸਰਕਾਰਾਂ ਲੋਕਾਂ ਦੇ ਭਲੇ ਵਾਸਤੇ ਜਾਂ ਵਾਤਾਵਰਣ ਦੇ ਭਲੇ ਵਾਸਤੇ ਕੋਈ ਕੰਮ ਕਰਨਗੀਆਂ ਮੈਨੂੰ ਬਹੁਤ ਆਸ ਘੱਟ ਹੈ ਲੋਕਾਂ ਲੋਕੀ ਜਾਗਰੂਕ ਹੋਣਗੇ ਲੋਕੀ ਅੱਗੇ ਤੁਰਣਗੇ ਜਿਵੇਂ ਝੰਡਾ ਚੁੱਕ ਕੇ ਸੋਨ ਉਹ ਸਰਕੂਗੀ ਨਹੀਂ ਸਰਕਾਰ ਆਪਣੇ ਮਸਤ ਮੌਲੀ ਚਾਲੇ ਪੰਜ ਸਾਲ ਆਂਦੇ ਨੇ ਖਾ ਪੀ ਕੇ ਤੁਰ ਜਾਂਦੇ ਨੇ ਫਿਰ ਦੂਜੀ ਆਏ ਨੇ ਉਹ ਖਾਣ ਪੀਣ ਲੱਗ ਪੈਂਦੇ ਨੇ ਫਿਰ ਤੀਜੀ ਆਏ ਨੇ ਉਹ ਖਾਣ ਪੀਣ ਲੱਗਦੇ ਨੇ ਜਿੱਥੇ ਇੱਕ ਪਾਰਟੀ ਮਾਫੀਆ ਛੱਡ ਕੇ ਜਾਂਦੀ ਹੈ ਦੂਜੀ ਤੋਂ ਅੱਗੇ ਤੁਰ ਪੈਂਦੀ ਲੈ ਕੇ ਉਹਨੂੰ ਜਿੱਥੇ ਦੂਜੀ ਛੱਡ ਕੇ ਦੀ ਤੀਜੀ ਅੱਗੇ ਤੁਰ ਪੈਂਦੀ ਲੈ ਕੇ ਆ ਸਾਰਾ ਪੰਜਾਬ ਦਾ ਖੰਨਣ ਮਾਫੀਆ ਨਸ਼ਾ ਮਾਫੀਆ ਡਰੱਗ ਮਾਫੀਆ ਪੂ ਮਾਫੀਆ ਸਾਰਾ ਆਮਾਦੀ ਪਾਰਟੀ ਦੇ ਐਮ ਐਲ ਏ ਕਰ ਰਹੇ ਨੇ ਤੁਸੀਂ ਪਹਿਲਾਂ ਗੱਲ ਕੀਤੀ ਸੀ ਕਿ ਮੋੜਾ ਪਊਗਾ ਜੇ ਲੋਕੀ ਜਾਗ ਜਾਣ ਅਸੀਂ ਕਈ ਵਾਰੀ ਹੁਣ ਗਾਹੇ-ਬਗਾਹੇ ਵੀਡੀਓਜ਼ ਵੇਖਦੇ ਆ ਕੋਈ ਵਰਮੀ ਕੰਪੋਜ਼ਿਟ ਤਿਆਰ ਕਰ ਰਹਾ ਹੈ ਕੋਈ ਇਸ ਤਰੀਕੇ ਦੇ ਕੋਈ ਕਹਿੰਦਾ ਮੈਂ ਵੀ ਆਰਗੇਨਿਕ ਖੇਤੀ ਕਰਨ ਲੱਗਿਆ ਆਪਣੇ ਜੋਗੇ ਤਾਂ ਕਈ ਬੰਦੇ ਕਰਨ ਲੱਗੇ ਹੁਣ ਹਨਾ ਤੁਹਾਨੂੰ ਲੱਗਦਾ ਵੀ ਕਿਤੇ ਨਾ ਕਿਤੇ ਹੁਣ ਮੋੜਾ ਪਊਗਾ ਨਹੀਂ ਮੋੜਾ ਪਊਗਾ ਸਰਕਾਰ ਨੂੰ ਕਿਸਾਨੀ ਦਾ ਬਾਹ ਫੜਨੀ ਪੈਣੀ ਜਿਸ ਕਿਸਾਨੀ ਨੇ ਹਿੰਦੁਸਤਾਨ ਦੀ ਬਾਹ ਫੜੀ ਹੈ ਜਦੋਂ ਪੰਜਾਬ ਜਦੋਂ ਹਿੰਦੁਸਤਾਨ ਠੂਠਾ ਲੈ ਕੇ ਬਾਹਲੇ ਮੁਲਕਾਂ ਤੋਂ ਧਾਰਾ 480 ਦੀਨ ਅਨਾਜ ਮੰਗਦਾ ਹੁੰਦਾ ਸੀਗਾ ਭੁੱਖਮਰੀ ਸੀਗੀ ਇੱਕ ਟਾਈਮ ਦਾ ਵਰਤ ਰੱਖਣਾ ਪੈਂਦਾ ਹੈ ਸ਼ਾਸਤਰੀ ਕਹਿੰਦਾ ਜੀ ਇੱਕ ਡੰਗ ਰੋਟੀ ਨਾ ਖਾਓ ਇਹ ਸੰਸ਼ਿਆ 65 ਛੜ ਦੀ ਗੱਲ ਲੱਗੀ ਹੈ ਉਸ ਵੇਲੇ ਪੰਜਾਬ ਨੇ ਆਪਣੀ ਮਿੱਟੀ ਆਪਣੀ ਹਵਾ ਆਪਣਾ ਪਾਣੀ ਦਾ ਤੇ ਲਾ ਕੇ ਇਸ ਮੁਲਕ ਦਾ ਢਿੱਡ ਭਰਿਆ ਹੈਗਾ ਔਰ ਲਗਾਤਾਰ 50 ਸਾਲ ਭਰਿਆ ਹੈਗਾ ਜਿਹੜਾ ਮੁਲਕ ਅਨਾਜ ਮੰਗਦਾ ਸੀਗਾ ਉਹਨੂੰ ਮੋਟੇ ਅਨਾਜਾਂ ਦੀ ਪੈਦਾਵਾਰ ਦੇ ਮਾਮਲੇ 'ਚ ਆਤਮ ਨਿਰਭਰ ਬਣਾਤਾ ਅੱਜ ਐਕਸਪੋਰਟ ਕਰ ਰਿਹਾ ਹੈ ਇੰਡੀਆ ਸੋ ਐਜੇ ਮੌਕੇ ਜਦੋਂ ਪੰਜਾਬ ਤਵਾ ਹੋਣ ਲੱਗਿਆ ਤਾਂ ਸੈਂਟਰ ਨੂੰ ਪੰਜਾਬ ਦੀ ਬਾਹ ਫੜਨੀ ਚਾਹੀਦੀ ਹੈ ਔਰ ਕਿਸਾਨਾਂ ਨੂੰ ਕਹਿਣਾ ਚਾਹੀਦਾ ਕਿ ਤੁਸੀਂ ਝੋਨਾ ਬੰਦ ਕਰੋ ਤੁਸੀਂ ਦਾਣਾ ਤੇ ਤੇਲ ਦੇ ਬੀਜ ਬੀਜੋ ਕਿਸਾਨ ਨੂੰ ਬੜਾ ਬਹੁਤ ਭਾਰੀ ਮਾਤਰਾ ਦੀ ਇੰਪੋਰਟ ਕਰਨਾ ਪੈਂਦਾ ਹੈਗਾ ਅੱਜ ਤੁਹਾਨੂੰ ਝੋਨੇ ਸੇ ਨਹੀਂ ਆ ਦਿੰਦੇ ਜਿੰਨੇ ਸਾਨੂੰ ਝੋਨਾ ਦਿੰਦਾ ਐਨਾ ਸੀ ਗਰੰਟੀ ਕਰਦੇ ਹੈਗੇ ਸਰਕਾਰ ਗਰੰਟੀ ਦਾ ਕਰੇ ਪੰਜਾਬ ਦਾ ਢੇਰ ਦਾ ਦੂ ਦਾਣਾ ਤੇ ਤੇਲ ਦੇ ਬੀਜਾਂ ਦੀ ਜਿੰਨੀ ਇੰਪੋਰਟ ਹੈ ਸਾਰੀ ਖਤਮ ਕਰ ਦੂ 5 ਸਾਲ ਪੰਜਾਬ ਪਰ ਸੈਂਟਰ ਪੰਜਾਬ ਨਾਲ ਦੁਸ਼ਮਣੀ ਪਾਲ ਰਿਹਾ ਪੰਜਾਬ ਦੀ ਮਾਂ ਨਹੀਂ ਫੜ ਰਿਹਾ ਸੈਂਟਰ ਅੱਛਾ ਇੱਕ ਹੋਰ ਸਵਾਲ ਸੀਗਾ ਜੀ ਜਿੱਦਾਂ ਅਸੀਂ ਕਾਹੇ ਵਗਾਹੇ ਖਬਰਾਂ ਪੜ੍ਹਦੇ ਆਂ ਅੱਜਕੱਲ ਜ਼ਿਆਦਾ ਹੋਣ ਲੱਗੀਆਂ ਇਹ ਪਤਾ ਨਹੀਂ ਸ਼ਾਇਦ ਹੁਣ ਵੀ ਹਾਈਲਾਈਟ ਜ਼ਿਆਦਾ ਹੋ ਜਾਂਦੀਆਂ ਇਹ ਚੀਜ਼ਾਂ ਇਹ ਆ ਰਿਹਾ ਕਿ ਉਹ ਬੰਦੇ ਬੋਲਤ ਹੋ ਰਹੀ ਹੈ ਜਿਹੜੇ ਬਾਹਰ ਗਏ ਖਾਸ ਤੌਰ ਦੇ ਉੱਤੇ ਔਰ ਇੱਕ ਜਿਹੜਾ ਇੱਕ ਸਵਾਲ ਇੱਕ ਹੋਰ ਹੈ ਜਿੱਦਾਂ ਅੱਜ ਤੁਹਾਨੂੰ ਪ੍ਰੈਸ ਕਾਨਫਰੰਸ ਦੇ ਵਿੱਚ ਵੀ ਪੁੱਛਿਆ ਸੀਗਾ ਕਈਆਂ ਨੇ ਤੁਸੀਂ ਨਾਂ ਵੀ ਲਿਆ ਵੀ ਭੰਗ ਦਾ ਨਾਂ ਵੀ ਲੈ ਰਹੇ ਸੀਗੇ ਹੋਰ ਜਿਹੜੇ ਭੁੱਕੀ ਦਿਨਸ਼ੇ ਹੈਗੇ ਆ ਜੇ ਜਿਸ ਤਰੀਕੇ ਨਾਲ ਸਰ ਅੱਜਕੱਲ ਗੱਲਬਾਤ ਕਰਦੇ ਆ ਤੁਸੀਂ ਵੀ ਗੱਲਬਾਤ ਕੀਤੀ ਸੀ ਕਿ ਕਿ ਪਹਿਲਾਂ ਜਿਹੜੇ ਬਜ਼ੁਰਗ ਸੀਗੇ ਉਹ 90 90 ਸਾਲ ਜਿੰਦੇ ਸੀ ਗੱਲਾਂ ਤੇ ਲਾਲੀ ਹੁੰਦੀ ਸੀ ਉਹ ਨਾ ਕਈ ਇੱਕ ਨੰਬਰ ਬਾਵੇ ਵੀ ਜਾਂਦਾ ਇਹਨਾਂ ਗੱਲਾਂ ਤੋਂ ਕਿ ਕੀ ਨਸ਼ਾ ਬੰਦੇ ਲਈ ਏਸੈਂਸ਼ੀਅਲ ਹੈ ਕਿ ਬੰਦਾ ਇਹਦੇ ਬਿਨਾਂ ਜੀ ਨਹੀਂ ਸਕਦਾ ਬਿਲਕੁਲ ਸੈਂਸ਼ ਨਹੀਂ ਹੈ ਪਰ ਜੇ ਕੋ ਬੰਦਾ ਕਰਦਾ ਹੈਗਾ ਤਾਂ ਸਿੰਥੈਟਿਕ ਨਸ਼ੇ ਨਾਲੋਂ ਕੈਮੀਕਲ ਨਸ਼ੇ ਨਾਲੋਂ ਮੈਡੀਕਲ ਨਸ਼ੇ ਨਾਲੋਂ ਜਿਹੜੇ ਕੁਦਰਤੀ ਕੁੱਖ ਚੋਂ ਪੈਦਾ ਹੁੰਦੇ ਨਸ਼ੇ ਆ ਚਾਹੇ ਭੰਗ ਹੈ ਚਾਹੇ ਫੀਮ ਹੈ ਚਾਹੇ ਪੁੱਕੀ ਹੈ ਉਹ ਹਜ਼ਾਰ ਗੁਣਾ ਬਿਹਤਰ ਹੈਗੇ ਬਿਹਤਰ ਬਿਲਕੁਲ ਐਬਸੋਲਿਊਟ ਕੋਈ ਨ ਜਿਗਰ ਖਰਾਬ ਕਰਦੀ ਹੈ ਐਕਸੀਡੈਂਟ ਕਰਾਉਂਦੀ ਹੈ ਘਰਾਂ 'ਚ ਕੁੱਟਮਾਰ ਕਰਦੀ ਹੈਗੀ ਹੈ ਵਾਇਲੈਂਸ ਕਰਵਾਉਂਦੀ ਹੈ ਸ਼ਰਾਬ ਹਜ਼ਾਰਾਂ ਲੱਖਾਂ ਲੋਕ ਮਰਦੇ ਨੇ ਸ਼ਰਾਬ ਦੇ ਠੇਕੇ ਸਰਕਾਰ ਘਰ ਘਰ ਭੇਜਦੀ ਹੈ ਵੇਚ ਰਹੀ ਹੈਗੀ ਕਿਉਂਕਿ ਤਿੰਨ ਸਟੇਕ ਹੋਲਡਰ ਨੇ ਇੱਕ ਫੈਕਟਰੀ ਮਾਰ ਕੇ ਸ਼ਰਾਬ ਬਣਾਦਾ ਇੱਕ ਪੌਂਟੀ ਚੱਡੇ ਵਰਗੇ ਹੁਣ ਤਾਂ ਵਿਚਾਰਾ ਧਰਤੀ ਤੇ ਹੈ ਨਹੀਂ ਵੱਡੇ ਠੇਕੇਦਾਰ ਤੀਜਾ ਸਰਕਾਰ ਖੁਦ ਜਿਹੜੇ ਮਾਲੀਆ ਕਮਾਉਂਦੀ ਹੈ ਹਜ਼ਾਰਾਂ ਕਰੋੜ ਦਾ ਸ਼ਰਾਬ ਤੋਂ ਉਹ ਤਾਂ ਖੁੱਲੀ ਮਿਲਦੀ ਹੈਗੀ ਹੈ ਜਿਹੜੀ ਜਿਹੜੀ ਭੁੱਕੀ ਖਾ ਕੇ ਬੰਦਾ ਕੰਮ ਕਰਦਾ ਕਹੀ ਪਾਲ ਦਾ ਰੰਬਾ ਪਾਲ ਦਾ ਦੋ ਚਮਚੇ ਕੁਪੁੱਕੀ ਦੇ ਲਾ ਕੇ ਉਹ ਉਹ ਅੰਦਰ ਕੀਤਾ ਹੋਇਆ ਹੈਗਾ 22000 ਬੰਦਾ ਪੰਜਾਬ ਵਿੱਚ ਫੀ ਭੁੱਕੀ ਵਾਲਾ ਅੰਦਰ ਹੈਗਾ ਕਿਹੜੀ ਗੱਲੋਂ ਭਲਾ ਇਟ ਇਜ਼ ਨਾਟ ਅ ਕ੍ਰਾਈਮ ਉਹ ਉਹ ਕ੍ਰਿਮੀਨਲ ਨਹੀਂ ਹੈ ਗਿਆ ਉਹ ਹੋ بیمار ਨੇ ਉਹ ਉਹ ਆਦੀ ਹੋ ਚੁੱਕੇ ਆ ਉਹਨਾਂ ਨੂੰ ਦਿਓ ਤੁਸੀਂ ਕ੍ਰੇਡਰਾਂ ਦਾ ਭੰਗ ਖੋਲਦੀ ਸਟੋਰਾਂ ਦੇ ਭੰਗ ਦੀਆਂ ਟੌਫੀਆਂ ਭੰਗ ਦੀ ਕਾਫੀ ਜਿੱਥੇ ਮਰਜ਼ੀ ਤੁਸੀਂ ਲੈ ਲਓ ਇੱਥੇ ਕਈ ਵਾਰੀ ਖਬਰਾਂ ਆਉਂਦੀ ਕਿਸੇ ਨੇ ਆਪਣੇ ਉਸ ਚ ਲਾਈ ਹੁੰਦੀ ਗਮਲਿਆਂ ਚਲਾਈ ਹੁੰਦੀ ਅੰਬਾਲੇ ਵੀ ਫੜਿਆ ਇੱਥੇ ਵੀ ਫੜੇ ਸੀਗਾ ਬੰਦਾ ਲੋਕੇ ਲੋਕੇ ਅਟ੍ਰੈਪਟ ਕਰਦੇ ਆ ਪਰ ਉਹ ਇਲੀਗਲ ਹੈ ਗੈਰ ਕਾਨੂੰਨੀ ਲੋਕਾਂ ਨੂੰ ਫੜੇ ਜਾਣਾ ਹੈਗਾ ਜਦ ਤੱਕ ਸਰਕਾਰ ਆਪਣੀ ਨੀਤੀ ਨਹੀਂ ਬਦਲਦੀ ਅਮਰੀਕਾ ਨੇ ਕਰਤਾ ਕਿ ਹਰ ਬੰਦਾ ਜਿਹੜਾ ਭੰਗ ਵਰਦਾ ਹੈਗਾ ਉਹ ਆਪਣੇ ਘਰ ਦੇ ਪਿਛਵਾੜੇ ਚ 5 ਤੋਂ ਲੈ ਕੇ 35 ਬੂਟੇ ਭੰਗ ਦੇ ਲਾ ਸਕਦਾ ਸਾਡੇ ਪੰਜਾਬ ਚ ਸਰਕਾਰ ਪੂਰਾ ਕਰਾ ਕੇ ਸਰਵੇ ਕਿ ਕਿੰਨੇ ਯੂਜ਼ ਕਰਨ ਵਾਲੇ ਆ ਫੇਮ ਬੁੱਕ ਯਾਲੇ ਕਿੰਨੇ ਯੂਜ਼ਰ ਹੈਗੇ ਇੱਕ ਪੂਰੀ ਰਜਿਸਟਰੀ ਬਣਾ ਕੇ ਇਹ ਕਹਦੇ ਵੇ ਕਿ ਉਹ ਲੋੜ ਮੁਤਾਬਕ ਡਾਕਟਰੀ ਪਰਚੀ ਮੁਤਾਬਕ ਉਹ 5 ਤੋਂ ਲੈ ਕੇ 10 ਤੋਂ ਲੈ ਕੇ 50 ਬੁੱਟੇ ਪੋਸ ਦੇ ਲਾ ਲਵੇ ਅਗਰਾਂ ਚਾਹੇ ਪੁਰਜੀ ਬਣਾਵੇ ਚਾਹੇ ਉਹਦੀ ਚਾਹ ਬਣਾਵੇ ਚਾਹੇ ਕੁੱਟ ਕੇ ਚੂਰਾ ਬਣਾਵੇ ਚਾਹੇ ਡੋਡਿਆਂ ਨੂੰ ਚੀਦਾ ਦੇ ਕੇ ਫੀਮ ਕਰੇ ਜੋ ਮਰਜ਼ੀ ਕਰੇ ਉਹਨਾਂ 50 ਬੁੱਟੇ ਦਾ ਕੇ ਜਾਜ ਤੋਂ ਵੇ ਲਾਂਦੇ ਪੰਜਾਬ ਚ ਲੈ ਮੈਂ ਕਹਿੰਦਾ ਮਾਫੀਆ ਚਾਰ ਦਿਨ ਮਰ ਜਾਊਗਾ ਜੇ ਡਿਮਾਂਡ ਹੀ ਖਤਮ ਹੋ ਗਈ ਹਰ ਘਰ ਚ ਬੰਦਾ ਆਪਣੀ ਲੋੜ ਮੁਤਾਬਕ ਹਰ ਇੱਕ ਨੋਣੀ ਜਿਹੜੇ ਆਦੀ ਨੇ ਡਾਕਟਰੀ ਸਰਟੀਫਿਕੇਟ ਦੇ ਮੁਤਾਬਕ ਜਿਵੇਂ ਜਿਵੇਂ ਅਮਰੀਕਾ ਨੇ ਕੀਤਾ ਹੈਗਾ ਜਿਵੇਂ ਕੈਨੇਡਾ ਨੇ ਕੀਤਾ ਹੈਗਾ ਇਹ ਦੋ ਦੁਨੀਆ ਦੇ ਬਤਾਲੀਆਂ ਮੁਲਕਾਂ ਨੇ ਜਿਹੜੇ ਨਸ਼ਾ ਵਿਰੋਧੀ ਕਾਨੂੰਨ ਸੀ ਬਦਲਤੇ ਆਪਣੇ ਉਹਨੇ ਕਿਹਾ ਸਖਤੀ ਕੰਮ ਨਹੀਂ ਕਰਦੀ ਇਹ ਕੋ ਲੈਂਡ ਆਰਡਰ ਪ੍ਰੋਬਲਮ ਨਹੀਂ ਹੈਗੀ ਜਿਵੇਂ ਪੰਜਾਬ ਵਾਲਿਆਂ ਨੇ ਲੈਂਡ ਆਰਡਰ ਪ੍ਰੋਬਲਮ ਬਣਾਈ ਹੈ ਫੜ ਕੇ ਅੰਦਰ ਕਰ ਦਿਓ ਉਹ ਨਾ ਉਹ ਬਿਮਾਰ ਬੰਦਾ ਹੋ ਆਦੀ ਹੋ ਚੁੱਕਿਆ ਹੈਗਾ ਕੋਈ ਸ਼ਰਾਬ ਦਾ ਆਦੀ ਹੈ ਕੋਈ ਬੰਦੇ ਨੇ ਦੁਨੀਆ ਚ ਨਾ ਮੈਂ ਤੁਹਾਨੂੰ ਦੱਸਾਂ ਦੁਨੀਆ ਮਕਮਲ ਰੂਪ ਵਿੱਚ ਨਸ਼ਾ ਮੁਕਤ ਕਦੇ ਵੀ ਨਹੀਂ ਹੋਈ ਕਦੀ ਕਦੀ ਇਹ ਸ਼ਿਵਜੀ ਦੀ ਭੰਗ ਸੀਗੀ ਕਦੀ ਦੇਵਤਾਵਾਂ ਦੀ ਸੂਰਾ ਸੀਗੀ ਕਦੀ ਨਹਾੰਗਾ ਦਾ ਸੁਖ ਨਿਦਾਨ ਸੀਗਾ ਕੋਈ ਨਾ ਕੋਈ ਨਸ਼ਾ ਮਨੁੱਖ ਆਪਣੇ ਮਨ ਪਰਚਾਵੇ ਵਾਸਤੇ ਸਹਿਜ ਮਹਿਸੂਸ ਕਰਨ ਵਾਸਤੇ ਇੱਕ ਹੋਰ ਵਸਤਾ ਜਾਣ ਵਾਸਤੇ ਲਗਾਤਾਰ ਵਰਦਾ ਆਇਆ ਹੈਗਾ ਮੈਨੇ ਕਹ ਸਾਰੇ ਵਰਦੇ ਬਹੁਤ ਲੋਕੀ ਵਰਤੇ ਆ ਰਹੇ ਨੇ ਪੰਜਾਬੀ ਵਰਦਾ ਸੀਗਾ ਫੀਮ ਭੁੱਕੀ ਇਨੀ ਫੀਮ ਭੁੱਕੀ ਦੇ ਬੈਨ ਲਾ ਕੇ ਯੂਨ ਕਨਵੈਨਸ਼ਨ ਦੀ ਪਾਲਣਾ ਕਰਨ ਕਰਕੇ ਇਨੀ ਪੰਜਾਬ ਨੂੰ ਪਹਿਲਾ ਮੈਡੀਕਲ ਨਸ਼ੇ ਫਿਰ ਕੈਮੀਕਲ ਨਸ਼ੇ ਫਿਰ ਸਿਨਥੈਟਿਕ ਨਸ਼ੇ ਫਿਰ ਕੈਮੀਕਲ ਨਸ਼ੇ ਜਿਹੜਾ ਫੈਂਟਾਨੀਲ ਦਾ ਟੀਕਾ ਲਾਉਂਦੇ ਹਾਥੀਆਂ ਨੂੰ ਬੇਹੋਸ਼ ਕਰਨ ਵਾਸਤੇ ਜਿਹੜਾ ਕਹਿੰਦਾ ਅੱਧਾ ਟੀਕਾ ਅੰਦਰ ਅੱਧਾ ਬਾਹਰ ਬੰਦਾ ਉੱਥੇ ਮਰ ਜਾਂਦਾ ਢੇਰ ਹੋ ਜਾਂਦਾ ਉਹ ਫੈਂਟਾਨੀਲ ਹੈਗਾ ਪਿਆਜ ਕੌਣ ਲੈ ਕੇ ਆਇਆ ਕਦੋਂ ਆਏ ਨੇ ਜਦੋਂ ਫੀਮ ਭੁਖੀ ਬੰਦ ਹੋਈਏ ਉਦੋਂ ਆਏ ਨੇ ਸੋ ਇਹਦੇ ਇਹਨਾਂ ਥੱਲ ਪਾਣੀ ਹੈਗੀ ਆ ਤਾਂ ਤੁਸੀਂ ਨਿਸ਼ਚਿਤ ਮਾਤਰਾ ਜਿਹਦੀ ਕਿ ਲਿਮਟਡ ਜਿਵੇਂ ਕੈਨੇਡਾ ਨੇ ਖੁੱਲ੍ਹ ਦਿੱਤੀ ਐ ਅਮਰੀਕਾ ਨੇ ਖੁੱਲ੍ਹ ਦਿੱਤੀ ਐ ਬੈਲਜੀਅਮ ਨੇ ਖੁੱਲ੍ਹ ਦਿੱਤੀ ਐ ਪੁਰਤਗਾਲ ਨੇ ਮੈਂ ਕੋ ਲਿਸਟ ਆ ਇਹਨਾਂ ਦੇ ਦੇਸ਼ਾਂ ਦੀ ਬਤਾ ਲਿਆ ਦੇਸ਼ਾਂ ਦੀ ਜਿਨ੍ਹਾਂ ਨੇ ਨਸ਼ਾ ਦੇ ਸਖਤੀ ਬੰਦ ਕੀਤੀ ਐ ਇੱਕ ਹਿਊਮਨਿਸਟ ਅਪਰੋਚ ਬਿਰਖਵਾਦੀ ਮਨੁੱਖਤਾਵਾਦੀ ਪਹੁੰਚ بیمار ਸਮਝ ਕੇ ਉਹ ਬਣਾਈ ਹੈ ਇਹਦੇ ਨਾਲ ਤੁਹਾਨੂੰ ਲੱਗਦਾ ਉੱਥੇ ਉਹਨਾਂ ਦੇਸ਼ਾਂ 'ਚ ਫਰਕ ਪਿਆ ਹੈ ਕਫੀਨਟਲੀ ਤੁਸੀਂ ਇੰਟਰਨੈਟ ਤੇ ਜਾ ਕੇ ਨਾ ਇੱਕ ਵਾਰਾ ਪੁਰਤਗਾਲ ਭਰ ਕੇ ਪੁਰਤਗਾਲ ਤੇ ਨਸ਼ੇ ਭਰ ਕੇ ਦੇਖਿਓ ਤੁਸੀਂ ਤਾਂ ਪਤਾ ਲੱਗੂ ਕਿ ਪੁਰਤਗਾਲ ਨੇ 201 ਵਿੱਚ ਨਿਸ਼ੇ ਖੋਲਨੇ ਸੀ ਅੱਜ 224 ਜਾ ਕੇ ਚਾਰ ਤੋਂ ਸਭ ਤੋਂ ਕੱਢਣਾ ਸੀ ਪੁਰਤਗਾਲ ਚ ਹੈ। ਬਹੁਤ ਬਹੁਤ ਧੰਨਵਾਦ ਆਪਣੀ ਕੀਮਤੀ ਸਮਾਂ ਦੇਣ ਦੇ ਲਈ। ਸੋ ਡਾਕਟਰ ਤਰਨਵੀਰ ਗਾਂਧੀ ਹੋਰੀ ਸਾਡੇ ਨਾਲ ਗੱਲਬਾਤ ਕਰ ਰਹੇ ਸੀ। ਅਸੀਂ ਕੋਸ਼ਿਸ਼ ਕੀਤੀ ਹੈ ਉਹਨਾਂ ਸਾਰੇ ਸਵਾਲਾਂ ਦੇ ਜਵਾਬ ਲੈਣ ਦੇ ਜਿਹੜੀ ਕਿਤੇ ਨਾ ਕਿਤੇ ਮਨ ਦੇ ਵਿੱਚ ਸ਼ੰਕਾ ਹੁੰਦੀ ਹੈ। ਸੋ ਤਸਵੀਰਾਂ ਇਸੇ ਤਰੀਕੇ ਨਾਲ ਜਾਰੀ ਰਹਿਣਗੀਆਂ। ਉਹਨਾਂ ਸਵਾਲਾਂ ਨੂੰ ਲੈ ਕੇ ਜਿਹੜੇ ਤੁਹਾਡੇ ਮਾਈਂਡ ਦੇ ਵਿੱਚ ਵੀ ਹੁੰਦੇ ਨੇ ਸਾਡੇ ਮਾਈਂਡ ਦੇ ਵਿੱਚ ਹੁੰਦੇ ਨੇ ਫਿਲਹਾਲ ਹੀ ਦਿਓ ਇਜਾਜ਼ਤ ਧੰਨਵਾਦ।